ਬੱਚੇ ਇਸ ਸਾਧਾਰਨ ਜਿਹੇ ਖਿਡੌਣੇ ਨਾਲ ਬਹੁਤ ਸਾਲਾਂ ਤੋਂ ਖੇਡਦੇ ਰਹੇ ਹਨ। ਇਸ ਲਈ ਤੁਹਾਨੂੰ ਸਿਰਫ ਇੱਕ ਪੁਰਾਣਾ ਦਵਾਈ ਵਾਲਾ ਕੈਪਸੂਲ ਅਤੇ ਸਟੀਲ ਸਾਈਕਲ ਦੇ ਬਾਲ ਬੀਅਰਿੰਗ ਹੋਵੇਗਾ। ਕੈਪਸੂਲ ਸਟਾਰਚ ਤੋਂ ਬਣਦੇ ਹਨ ਅਤੇ ਹੱਥ ਲਾਉਣ 'ਤੇ ਚਿਪਚਿਪੇ ਜਿਹੇ ਹੁੰਦੇ ਹਨ। ਕੈਪਸੂਲ ਦੇ ਦੋਵੇਂ ਹਿੱਸੇ ਅਲੱਗ ਕਰ ਦਿਓ ਅਤੇ ਇੱਕ ਸਟੀਲ ਦੀ ਗੇਂਦ ਰੱਖੋ। ਦੋਵੇਂ ਹਿੱਸੇ ਵਾਪਸ ਜੋੜ ਦਿਓ। ਹੁਣ ਤੁਸੀਂ ਗੇਂਦ ਨੂੰ ਅੰਦਰ ਹਿਲਦੇ ਵੇਖ ਸਕਦੇ ਹੋ। ਤੁਸੀਂ ਕੈਪਸੂਲ ਨੂੰ ਆਪਣੀ ਹਥੇਲੀ 'ਤੇ ਲੋਟ ਪੋਟ ਹੁੰਦਾ ਦੇਖੋਗੇ। ਕੈਪਸੂਲ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਜੀਵਤ ਹੋਵੇ। ਹੁਣ ਗੱਤੇ ਦੀ ਸ਼ੀਟ ਦੀ ਪੱਟੀ ਨੂੰ ਵਿਚਕਾਰ ਵਾਲੇ ਪਾਸੇ ਮੋੜਦੇ ਇੱਕ ਵੀ ਆਕਾਰ ਦਾ ਨੌਚ ਬਣਾਓ। ਕੈਪਸੂਲ ਨੂੰ ਇੱਕ ਸਿਰੇ 'ਤੇ ਰੱਖੋ। ਇਹ ਇੱਕ ਬਹੁਤ ਹੀ ਆਕਰਸ਼ਕ ਖਿਡੌਣਾ ਹੈ।